ਜਿਹੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਕਤਲ ਦੇ ਵਿੱਚ ਹਿੱਸਾ ਲਿਆ ਸੀ, ਕਤਲ 'ਚ ਸ਼ਾਮਿਲ ਸੀ, ਉਹਨਾਂ ਨਾਲ ਗੱਲਬਾਤ ਕਰ ਦਿੰਦੇ ਹਾਂ। ਸਰ, ਕਿਸ ਤਰ੍ਹਾਂ ਕਤਲ ਹੋਇਆ ਸੀ ਅਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਪੁਲਿਸ ਦੇ ਕਰਨ ਨਾਮ ਦੇ ਸਿਸਟਮ ਦੇ ਵਿੱਚ ਸਪੈਸ਼ਲ ਟੀਮ ਬਣਾਈ ਗਈ ਸੀ, ਐਸ ਪੀ ਸਿਟੀ ਸਾਹਿਬ, ਡੀ ਐਸ ਪੀ ਡੀ ਦੀ ਜੀ, ਡੀ ਐਸ ਪੀ ਡੀ ਅਤੇ ਏ ਐਸ ਪੀ ਸਿਟੀ ਵਾਰ ਅਲੋਂਗ ਵਿਦ ਐਸ ਐਚ ਓ ਸਿਵਲ ਲਾਈਨ ਅਤੇ ਇੰਚਾਰਜੀ। ਸੋ ਇਹਨਾਂ ਨੇ ਬੜੀ ਫੁਰਤੀ ਨਾਲ ਕਾਰਵਾਈ ਕਰਦੇ ਹੋਏ ਉਹਦੇ ਵਿੱਚ ਪੰਜ ਬੰਦੇ ਅਰੈਸਟ ਕੀਤੇ ਜੀ। ਹਾਂ, ਜਿਹੜਾ ਵਹੀਕਲ ਯੂਜ ਹੋਇਆ ਸੀ, ਮੋਟਰਸਾਈਕਲ ਯੂਜ ਹੋਇਆ ਸੀ, ਉਹ ਵੀ ਬਰਾਮਦ ਕਰ ਲਏ। ਜਿਹੜਾ ਵੈਪਨ ਆਫ ਬੈਂਕ ਸੀ ਜਿਹੜਾ ਛੁਰੇ ਨਾਲ ਮਾਰੇ ਗਏ ਸੀ, ਉਹ ਵੀ ਬਰਾਮਦ ਕਰ ਲਏ। ਸਰ, ਮਕਸਦ ਕੀ ਸੀ ਲੜਾਈ ਸੀ ਜਾਂ ਪਹਿਲਾਂ ਦੂਜੀ ਰੰਜਿਸ਼ ਸੀ ਅਤੇ ਜਿਹੜੇ ਜਿਹੜੇ ਪੰਜ ਬੰਦੇ ਫੜੇ ਗਏ ਨੇ ਉਹਨਾਂ ਚੋਂ ਤਿੰਨ ਤੇ ਪਹਿਲਾਂ ਪਰਚੇ ਦਰਜ, ਦੋ ਦਾ ਰਿਕਾਰਡ ਕੀਤਾ, ਇਹਨਾਂ ਚੋਂ ਇੱਕ ਜੁਵੇਨਾਈਲ ਵੀ ਹੈ ਜਿਹੜਾ ਕਿ 16 ਸਾਲ ਜੀ। ਤੇ ਸਰ, ਕੀ ਲੱਗਦਾ ਹੈ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਇਹਨਾਂ ਨੂੰ ਟਰੈਕ ਕੀਤਾ ਗਿਆ, ਕਿ ਬਾਹਰ ਦੇ ਸਟੇਟ ਦੇ ਵਿੱਚ ਚਲੇ ਗਏ ਸੀ ਜਾਂ ਪੰਜਾਬ ਦੇ ਵਿੱਚ ਸੀ? ਜਿਹੜੀ ਟੀਮ ਬਣਾਈ ਸੀ ਉਹਨਾਂ ਨੇ ਟੈਕਨੀਕਲ ਤਰੀਕੇ ਨਾਲ ਵੀ ਅਤੇ ਹਿਊਮਨ ਇੰਟੈਲੀਜੈਂਸ ਯੂਜ ਕਰਦੇ ਹੋਏ ਸਾਰਿਆਂ ਨੂੰ ਅਰੈਸਟ ਕੀਤਾ ਜੀ। ਸੋ ਇਹਨਾਂ ਦੇ ਮਾਡਲ 'ਤੇ ਜਾ ਕੇ ਜਿਹੜੀ ਸਾਡੀ ਟੀਮ ਬਿਕੋਜ਼ ਬੜੀ ਫੁਰਤੀ ਨਾਲ ਅਤੇ ਬੜੇ ਸੁਚੱਜੇ ਤਰੀਕੇ ਨਾਲ ਸਾਰਿਆਂ ਨੂੰ ਅਰੈਸਟ ਕੀਤਾ। ਤੇ ਸਰ, ਕਿਸ ਤਰ੍ਹਾਂ ਲੱਗਦਾ ਮੈਸੇਜ ਕੀ ਆ ਪਟਿਆਲਾ ਪੁਲਿਸ ਦਾ ਜੀ? 24 ਘੰਟਿਆਂ ਦੇ ਅੰਦਰ ਤੁਸੀਂ ਸਟਰੀਟ ਕ੍ਰਾਈਮ ਹੋਊਗਾ, ਜਿਹੜਾ ਵੀ ਕੋਈ ਇਹੋ ਜਿਹੀ ਵਾਰਦਾਤ ਕਰੂਗਾ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ। ਜਿਹੜਾ ਹਾਰਸ਼ ਤੋਂ ਹਾਰਸ਼ ਐਕਸ਼ਨ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ਼ ਲਿਆ ਜਾਊਗਾ। ਇਹਨਾਂ ਪੰਜੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਕਤਲ ਦੇ ਵਿੱਚ ਹਿੱਸਾ ਲਿਆ ਸੀ, ਕਤਲ 'ਚ ਸ਼ਾਮਿਲ ਸੀ, ਉਹਨਾਂ ਨਾਲ ਗੱਲਬਾਤ ਕਰ ਦਿੰਦੇ ਹਾਂ। ਸਰ, ਕਿਸ ਤਰ੍ਹਾਂ ਕਤਲ ਹੋਇਆ ਸੀ ਅਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਪੁਲਿਸ ਦੇ ਕਰਨ ਨਾਮ ਦੇ ਸਿਸਟਮ ਦੇ ਵਿੱਚ ਸਪੈਸ਼ਲ ਟੀਮ ਬਣਾਈ ਗਈ ਸੀ, ਐਸ ਪੀ ਸਿਟੀ ਸਾਹਿਬ, ਡੀ ਐਸ ਪੀ ਡੀ ਦੀ ਜੀ, ਡੀ ਐਸ ਪੀ ਡੀ ਅਤੇ ਏ ਐਸ ਪੀ ਸਿਟੀ ਵਾਰ ਅਲੋਂਗ ਵਿਦ ਐਸ ਐਚ ਓ ਸਿਵਲ ਲਾਈਨ ਅਤੇ ਇੰਚਾਰਜੀ। ਸੋ ਇਹਨਾਂ ਨੇ ਬੜੀ ਫੁਰਤੀ ਨਾਲ ਕਾਰਵਾਈ ਕਰਦੇ ਹੋਏ ਉਹਦੇ ਵਿੱਚ ਪੰਜ ਬੰਦੇ ਅਰੈਸਟ ਕੀਤੇ ਜੀ। ਹਾਂ, ਜਿਹੜਾ ਵਹੀਕਲ ਯੂਜ ਹੋਇਆ ਸੀ, ਮੋਟਰਸਾਈਕਲ ਯੂਜ ਹੋਇਆ ਸੀ, ਉਹ ਵੀ ਬਰਾਮਦ ਕਰ ਲਏ। ਜਿਹੜਾ ਵੈਪਨ ਆਫ ਬੈਂਕ ਸੀ ਜਿਹੜਾ ਛੁਰੇ ਨਾਲ ਮਾਰੇ ਗਏ ਸੀ, ਉਹ ਵੀ ਬਰਾਮਦ ਕਰ ਲਏ। ਸਰ, ਮਕਸਦ ਕੀ ਸੀ ਲੜਾਈ ਸੀ ਜਾਂ ਪਹਿਲਾਂ ਦੂਜੀ ਰੰਜਿਸ਼ ਸੀ ਅਤੇ ਜਿਹੜੇ ਜਿਹਦੇ ਕਰਕੇ ਇਹਨਾਂ ਦੀ ਆਪਸ ਚ ਲੜਾਈ ਹੋਈ ਸੀ, ਉਹਦੇ ਕਰਕੇ ਇਹਨਾਂ ਨੇ ਕਤਲ ਕੀਤਾ। ਜਿਹੜੇ ਪੰਜ ਬੰਦੇ ਫੜੇ ਗਏ ਨੇ ਉਹਨਾਂ ਚੋਂ ਤਿੰਨ ਤੇ ਪਹਿਲਾਂ ਪਰਚੇ ਦਰਜ, ਦੋ ਦਾ ਰਿਕਾਰਡ ਕੀਤਾ, ਇਹਨਾਂ ਚੋਂ ਇੱਕ ਜੁਵੇਨਾਈਲ ਵੀ ਹੈ ਜਿਹੜਾ ਕਿ 16 ਸਾਲ ਜੀ। ਤੇ ਸਰ, ਕੀ ਲੱਗਦਾ ਹੈ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਇਹਨਾਂ ਨੂੰ ਟਰੈਕ ਕੀਤਾ ਗਿਆ, ਕਿ ਬਾਹਰ ਦੇ ਸਟੇਟ ਦੇ ਵਿੱਚ ਚਲੇ ਗਏ ਸੀ ਜਾਂ ਪੰਜਾਬ ਦੇ ਵਿੱਚ ਸੀ ਜਿਹੜੇ ਬੰਦੇ ਨੌਜਵਾਨ? ਜਿਹੜੀ ਟੀਮ ਬਣਾਈ ਸੀ ਉਹਨਾਂ ਨੇ ਟੈਕਨੀਕਲ ਤਰੀਕੇ ਨਾਲ ਵੀ ਅਤੇ ਹਿਊਮਨ ਇੰਟੈਲੀਜੈਂਸ ਯੂਜ ਕਰਦੇ ਹੋਏ ਸਾਰਿਆਂ ਨੂੰ ਅਰੈਸਟ ਕੀਤਾ ਜੀ। ਸੋ ਇਹਨਾਂ ਦੇ ਮਾਡਲ 'ਤੇ ਜਾ ਕੇ ਜਿਹੜੀ ਸਾਡੀ ਟੀਮ ਬਿਕੋਜ਼ ਬੜੀ ਫੁਰਤੀ ਨਾਲ ਅਤੇ ਬੜੇ ਸੁਚੱਜੇ ਤਰੀਕੇ ਨਾਲ ਸਾਰਿਆਂ ਨੂੰ ਅਰੈਸਟ ਕੀਤਾ। ਤੇ ਸਰ, ਕਿਸ ਤਰ੍ਹਾਂ ਲੱਗਦਾ ਮੈਸੇਜ ਕੀ ਆ ਪਟਿਆਲਾ ਪੁਲਿਸ ਦਾ ਜੀ? 24 ਘੰਟਿਆਂ ਦੇ ਅੰਦਰ ਅੰਦਰ ਤੁਸੀਂ ਸਮਾਜ ਇਹੋ ਜਿਹਾ ਸਿਰਜੀਏ ਜਿਹਦੇ ਚੋਂ ਜਾ ਕੇ ਮੂਵ ਕਰ ਸਕਣ ਕੋਈ ਬਿਨਾਂ ਟੈਨਸ਼ਨ ਦੇ, ਬਿਨਾਂ ਕਿਸੇ ਦਾ।
ਜੀ ਸੋ ਜਿਹੜਾ ਵੀ ਕੋਈ ਸਟਰੀਟ ਕ੍ਰਾਈਮ ਹੋਊਗਾ, ਜਿਹੜਾ ਵੀ ਕੋਈ ਇਹੋ ਜਿਹੀ ਵਾਰਦਾਤ ਕਰੂਗਾ, ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ। ਜਿਹੜਾ ਹਾਰਸ਼ ਤੋਂ ਹਾਰਸ਼ ਐਕਸ਼ਨ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ਼ ਲਿਆ